ਮੋਗਾ ਦੇ ਨਿਹਾਲ ਸਿੰਘ ਵਾਲਾ ਤੇ ਪੁਲਿਸ ਚੌਂਕੀ ਬਿਲਾਸਪੁਰ ਦੀ ਟੀਮ ਨੇ ਸਾਂਝੇ ਆਪਰੇਸ਼ਨ ਵਿੱਚ ਇੱਕ ਟਰੱਕ ਨੂੰ ਕਾਬੂ ਕਰਕੇ ਉਸ ਵਿੱਚੋਂ 20 ਬੋਰੀਆਂ ਡੋਡਾ ਪੋਸਤ ਬਰਾਮਦ ਕੀਤਾ ਹੈ। ਇਸ ਟਰੱਕ ਵਿੱਚ ਸਵਾਰ 3 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਿਸ ਦੇ ਮੁਤਾਬਕ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਮੁੱਢਲੀ ਪੜਤਾਲ 'ਚ ਦੱਸਿਆ ਹੈ ਕਿ ਕਥਿਤ ਦੋਸ਼ੀਆਂ ਨੇ ਉਕਤ ਚੂਰਾ ਪੋਸਤ ਰਾਜਸਥਾਨ ਤੋਂ ਲੈਂਦਾ ਸੀ ਅਤੇ ਅੱਗੇ ਮੋਗਾ ਵਿਖੇ ਹੀ ਸਪਲਾਈ ਕਰਨਾ ਸੀ। ਨਾਮਾ ਜੀ ਤੁਹਾਡਾ? ਮਨਪ੍ਰੀਤ ਜੀ। ਕੀ ਜੁਰਮ ਕੀਤਾ ਜੀ? ਪੋਸਤ 'ਚ ਫੜੇ ਗਏ। ਪਹਿਲਾਂ ਕਦੋਂ ਤੋਂ ਕੰਮ ਕਰ ਰਹੇ ਜੀ? 2-3 ਮਹੀਨੇ ਹੋਏ। ਪਹਿਲਾਂ ਕੋਈ ਮੁਕੱਦਮਾ ਦਰਜ ਹੈ ਜੀ? ਮੁਕੱਦਮਾ ਕੋਈ ਨਹੀਂ ਹੈ। ਜੋ ਜਗਰਾਉਂ ਦੱਸਿਆ ਜਾ ਰਿਹਾ ਜੀ, ਤੁਹਾਡੇ 'ਤੇ ਕੋਈ ਮੁਕੱਦਮਾ? ਨਜਾਇਜ਼ ਨਾਲ ਖਾਇਆ ਜੀ। ਹਾਂਜੀ ਸਰ, ਜੋ ਅੱਜ ਤੁਹਾਡੇ ਵੱਲੋਂ ਬਰਾਮਦਗੀ ਕੀਤੀ ਗਈ ਹੈ ਜੀ ਚੂਰਾ ਪੋਸਤ ਦੀ, ਉਹ ਕੀ ਹੈ ਜੀ ਮਾਮਲਾ ਸਾਰਾ? ਮਾਮਲਾ ਇਹ ਸੀ ਕਿ ਇੱਕ ਤਲਾਹ ਮਿਲੀ ਸੀਗੀ ਵੀ ਜੇ ਰਾਜਸਥਾਨ ਤੋਂ ਪੋਸਤ ਲੈ ਕੇ ਆਉਂਦੇ ਆ ਡੋਡੇ ਜੀ, ਅਤੇ ਇੱਧਰ ਬਰਨਾਲਾ ਸਾਈਡ ਤੋਂ ਆ ਰਹੇ ਮੋਗੇ ਜਾਣਾ, ਉਹਨਾਂ ਨੇ ਮੋਗੇ ਸਪਲਾਈ ਕਰਨੀ। ਉਸ ਸੰਬੰਧ 'ਚ ਨਾਕਾਬੰਦੀ ਕੀਤੀ ਸੀਗੀ ਅਤੇ ਨਾਲ ਇੰਸਪੈਕਟਰ ਸੁਨੀਲ ਆ ਗਏ ਸੀਗੇ। ਉਹਨਾਂ ਨੇ ਜੋ ਟਰੱਕ ਦੀ ਤਲਾਸ਼ੀ ਕੀਤੀ, ਡੀ ਐੱਸ ਪੀ ਸਾਹਿਬ ਸਰਦਾਰ ਜਸਪਾਲ ਸਿੰਘ, ਉਹਨਾਂ ਟਰੱਕ ਦੀ ਤਲਾਸ਼ੀ ਕਰਾਈ ਅਤੇ ਵਿੱਚੋਂ 20 ਗੱਡੇ ਜਿਹੜੇ ਡੋਡਿਆਂ ਦੇ ਨਿਕਲੇ ਜੀ ਸਾਬਕਾ ਪੋਸਤ। ਕਿੰਨੇ ਜਾਣੇ ਆ ਜੀ ਜੋ ਗ੍ਰਿਫਤਾਰ ਕੀਤੇ ਗਏ? 3 ਆਦਮੀ ਜੀ। ਕਿੱਥੋਂ ਦੇ ਰਹਿਣ ਵਾਲੇ ਜੀ? ਇਹ ਵੱਖ ਵੱਖ ਪਿੰਡਾਂ ਦੇ ਜੀ, ਕੋਟ ਸੇਖਾਂ ਦਾ, ਇੱਕ ਜੀਰੋ 'ਚ ਪਿੰਡ ਬੰਦਾ ਬੋਲੇ ਜੀ, ਇੱਕ ਪਿੰਡ ਰਕੜਾ ਬੋਲ। ਪਹਿਲਾਂ ਇਹਨਾਂ 'ਤੇ ਕੋਈ ਹੈ ਜੀ ਮੁਕੱਦਮਾ ਦਰਜ? ਇਨਵੈਸਟੀਗੇਸ਼ਨ ਜਾਰੀ ਹੈ ਜੀ, ਬਾਅਦ 'ਚ ਪਤਾ ਲੱਗੂ। 25 ਸੌ ਜੀ। ਕਿੰਨੇ ਕਿਲੋ ਦੇ ਵਿੱਚ, ਕਿੰਨਾ ਮਾਤਰਾ ਦੇ ਵਿੱਚ ਫੜਿਆ ਗਿਆ ਜੀ? ਇੱਕ ਬੋਰੀ ਦੇ ਵਿੱਚ 20 ਕਿਲੋ ਡੋਡੇ ਸਾਫ਼ ਡੋਡੇ। ਮੋਗਾ ਤੋਂ ਬਿੱਟੂ ਪੂਰਪਰੀ, ਰਿਪੋਰਟ ਪੰਜਾਬ ਟੂਡੇ।